ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਨਵਦੀਪ ਕਿਚਨ ਵਲੌਗ। ਤੇ ਅੱਜ ਅਸੀਂ ਜਿਹੜੀ ਰੈਸਪੀ ਲੈ ਕੇ ਆਏ ਹਾਂ ਤੁਹਾਡੇ ਲਈ, ਉਹ ਹੈਗਾ ਜੀ ਚਾਸਕੂ। ਅੱਜ ਅਸੀਂ ਬਣਾਵਾਂਗੇ ਚਾਸਕੂ ਦੀ ਪੰਜੀਰੀ, ਤੇ ਜਿਹੜੀ ਕਿ ਇਹਨਾਂ ਦਿਨਾਂ 'ਚ ਹੀ ਬਣਦੀ ਆ ਜਦੋਂ ਹੋਲੀਆਂ ਸ਼ੁਰੂ ਹੁੰਦੀਆਂ। ਤੇ ਇੱਕ ਮਤਲਬ ਇਹਨੂੰ ਬੋਲ ਦਿੰਦੇ ਪੰਗਾਰੇ ਦਾ, ਹੈ ਨਾ, ਪੰਗਾਰੇ ਦੀ ਰੁੱਤ ਹੁੰਦੀ ਹੈਗੀ। ਇਹਨਾਂ ਦਿਨਾਂ 'ਚ ਜਿਹੜੇ ਆ ਫੋੜੇ ਫਿੰਸੀਆਂ ਜਿਹੜੇ ਆ ਬੜੇ ਹੁੰਦੇ ਆ, ਅਤੇ ਕਿੱਲ ਵੀ ਬੜੇ ਨਿਕਲਦੇ ਆ। ਅਤੇ ਇਹ ਇੱਕ ਤਰ੍ਹਾਂ ਦੀ ਇੱਕ ਰੈਮਡੀ ਵੀ ਆ, ਹੋਮ ਰੈਮਡੀ ਵੀ ਆ। ਤੁਸੀਂ ਇਹ ਹੁੰਦਾ ਕੌੜਾ ਆ, ਅਤੇ ਇਸ ਤਰ੍ਹਾਂ ਦਾ ਹੁੰਦਾ ਆ, ਕਾਲੇ ਬੀਜ ਹੁੰਦੇ ਇਸ ਤਰ੍ਹਾਂ ਦੇ, ਕਾਲੇ ਰੰਗ ਦਾ ਹੁੰਦਾ ਅਤੇ ਬਹੁਤ ਕੌੜਾ ਹੁੰਦਾ ਆ। ਅੱਜ ਕਿਹੜੀ ਤਰੀਕ ਆ? ਅੱਜ 17 ਤਰੀਕ ਆ, ਅਤੇ ਟੈਂਪਰੇਚਰ ਵੀ ਮੇਰੇ ਖਿਆਲ 25 ਆ, ਜਾਂ 25-26 ਆ, ਅਤੇ ਗਰਮੀ ਹੋ ਗਈ ਆ। ਅਤੇ ਇਸ ਕਰਕੇ ਆਪਾਂ ਜਿਹੜੀ ਇਹ ਬਣਾ ਰਹੇ ਹਾਂ, ਇਹਦੇ 'ਚ ਅਸੀਂ ਡਰਾਈ ਫਰੂਟ ਕੋਈ ਨਹੀਂ ਪਾਵਾਂਗੇ, ਕਿਉਂਕਿ ਥੋੜ੍ਹੀ ਬਹੁਤੇ ਪਾ ਲਾਂਗੇ, ਨਾਰੀਅਲ ਦਾ ਬੂਰਾ ਪਾ ਲਾਂਗੇ ਅਸੀਂ, ਜ਼ਿਆਦਾ ਫਿਰ ਗਰਮ ਹੁੰਦਾ। ਅਤੇ ਬਾਕੀ ਇਹ ਹੈ ਕਿ ਜਿਹੜੀ ਕੌੜਾ ਹੁੰਦਾ ਬੱਚੇ ਨੂੰ ਨਹੀਂ ਪਸੰਦ ਕਰਦੇ, ਪਰ ਬੱਚਿਆਂ ਨੂੰ ਦੇਣ ਵਾਸਤੇ ਇਹ 'ਚ ਥੋੜ੍ਹੀ ਜਿਹੀ ਖੰਡ ਜਾਂ ਗੁੜ ਜਿਹੜਾ ਜ਼ਿਆਦਾ ਪਾ ਲਓ। ਅਤੇ ਬਾਕੀ ਜਿਹੜੇ ਮੇਰੇ ਚੈਨਲ 'ਤੇ ਪਹਿਲੀ ਵਾਰ ਆਏ ਆ, ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਵੀਡੀਓ ਚੰਗੀ ਲੱਗਦੀ ਹੈ ਤੈਨੂੰ ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਆ ਕਰੋ। ਬਾਕੀ ਚਲੋ ਜੀ ਬਣਾਉਂਦੇ ਹਾਂ। ਇਹ ਇੱਕ ਤਰ੍ਹਾਂ ਦਾ ਜਿਹੜਾ ਦਵਾਈ ਬਣ ਜਾਣੀ ਆ, ਅਤੇ ਇਹਨਾਂ ਦਿਨਾਂ 'ਚ ਜਦੋਂ ਤਕਰੀਬਨ ਬੱਚਿਆਂ ਨੂੰ ਫੋੜੇ ਫਿੰਸੀਆਂ ਪਹਿਲਾਂ ਤਾਂ ਬੜੇ ਹੁੰਦੇ ਸੀ, ਅਤੇ ਹੁਣ ਤਾਂ ਚਲੋ ਪਤਾ ਨਹੀਂ ਦਵਾਈਆਂ ਇਹੋ ਜਿਹੀਆਂ ਬੱਚੇ ਖਾਂਦੇ ਆ ਕਿ ਘੱਟ ਹੁੰਦੇ ਆ, ਪਰ ਫਿਰ ਵੀ ਕਈਆਂ ਨੂੰ ਹੁੰਦੇ ਆ। ਅਤੇ ਇਹ ਤੁਸੀਂ ਜਿਹੜੇ ਕਿੱਲ ਵਗੈਰਾ ਜਿਨ੍ਹਾਂ ਨੂੰ ਨਿਕਲਦੇ ਆ ਉਹਨਾਂ ਵਾਸਤੇ ਵੀ ਵਧੀਆ ਆ। ਅਤੇ ਇਹ ਜਿਹੜਾ ਆ ਖੂਨ ਨੂੰ ਸਾਫ਼ ਕਰਦਾ ਆ, ਬਹੁਤ ਵਧੀਆ ਜਿਹੜੀ ਮੈਡੀਸਨ ਆ ਖੂਨ ਦੀ ਸਫਾਈ ਵਾਸਤੇ ਇਹ ਵਾਲੀ। ਜਿੱਦਾਂ ਆਪਾਂ ਗੈਸ 'ਤੇ ਕੜਾਹੀ ਰੱਖ ਲਈ ਆ, ਅਤੇ ਹੁਣ ਆਪਾਂ ਜਿਹੜਾ ਚਾਸਕੂ, ਵੈਸੇ ਤਾਂ ਬਾਜ਼ਾਰ ਦੇ ਵਿੱਚੋਂ ਇਹਦਾ ਚਾਸਕੂ ਤਾਂ ਪਿਸਿਆ ਹੋਇਆ ਮਿਲ ਜਾਂਦਾ, ਭੁੰਨਿਆ ਹੋਇਆ ਪਿਸਿਆ ਹੋਇਆ ਮਿਲ ਜਾਂਦਾ, ਪਰ ਮੈਂ ਜਿਹੜਾ ਚਾਸਕੂ ਹੀ ਲਿਆਂਦਾ ਆ, ਕਿਉਂਕਿ ਇਹ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਿਹੜੀ ਚੀਜ਼ ਬਣਾ ਰਹੇ ਹਾਂ, ਕਿ ਪਿਓਰ ਤਾਂ ਹੈਗਾ ਨਾ, ਪਿਓਰਿਟੀ ਤਾਂ ਹੈਗੀ ਹੈ ਨਾ ਇਹਦੇ 'ਚ, ਦਾਣ ਆਪਾਂ ਇਹੀ ਲਿਆਂਦਾ ਆ। ਇਸ ਕਰਕੇ ਮੈਂ ਜਿਹੜਾ ਸਾਬਤ ਹੀ ਲੈ ਕੇ ਆਈ ਹਾਂ। ਹੁਣ ਇਹਨੂੰ ਆਪਾਂ ਕੜਾਹੀ ਦੇ ਵਿੱਚ ਪਾ ਕੇ ਅਤੇ ਇਹਨੂੰ ਭੁੰਨ ਲਾਂਗੇ। ਕੋਈ ਘਿਓ ਨਹੀਂ ਪਾਇਆ, ਬਸ ਇਸ ਤਰ੍ਹਾਂ ਹੀ ਇਹਨੂੰ ਭੁੰਨਣਾ ਆ। ਲਓ ਜੀ, ਅਸੀਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਇਹਦੇ 'ਚੋਂ ਜਿਹੜੀ ਹੈ ਝਟਕਣ ਦੀ, ਇੱਕ ਪੱਕਣ ਦੀ, ਤਿੜਕਣ ਦੀ ਆਵਾਜ਼ ਨਹੀਂ ਆਉਂਦੀ, ਇਹਨੇ ਆਪਣੇ ਆਪ ਵਿੱਚ ਇੱਕ ਤਿੜਕਣ ਦੀ ਆਵਾਜ਼ ਆ ਜਾਣੀ ਹੈ, ਜਿਸ ਤਰ੍ਹਾਂ ਪਾਲਸੀ ਭੁੰਨਦੇ ਹਾਂ ਉਸ ਤਰ੍ਹਾਂ ਹੀ। ਉਨੀ ਦੇਰ ਤੱਕ ਆਪਾਂ ਇਹਨੂੰ ਭੁੰਨਾਂਗੇ। ਅਤੇ ਅਸੀਂ ਜਿਹੜਾ ਇਹ ਚਾਸਕੂ ਹਰ ਸਾਲ ਹੀ ਬਣਾਉਂਦੇ ਹਾਂ ਹੋਲੀਆਂ ਦੇ ਦਿਨਾਂ 'ਚ, ਅਤੇ ਬਣਾਉਣਾ ਵੀ ਚਾਹੀਦਾ ਆ, ਕਿਉਂਕਿ ਇਹਨਾਂ ਦਿਨਾਂ 'ਚ ਹੀ ਜ਼ਿਆਦਾ ਜਿਹੜੇ ਆ ਪ੍ਰੋਬਲਮਸ ਹੁੰਦੀਆਂ, ਜਿਸ ਤਰ੍ਹਾਂ ਅਤੇ ਨਾਲੇ ਖੂਨ ਦੀ ਸਫਾਈ ਹੋ ਜਾਂਦੀ ਆ। ਅਤੇ ਬੱਚਿਆਂ ਨੂੰ ਵੈਸੇ ਇਹ ਲੱਗਦਾ ਤਾਂ ਕੌੜਾ ਹੁੰਦਾ, ਤਾਂ ਥੋੜ੍ਹਾ ਥੋੜ੍ਹਾ ਕੌੜਾ ਆ। ਲਓ ਜੀ, ਤੁਸੀਂ ਇਹਦੀ ਆਵਾਜ਼ ਸੁਣ ਸਕਦੇ ਜੇ, ਅਤੇ ਇਸ ਤਰ੍ਹਾਂ ਬਸ ਥੋੜ੍ਹੀ ਦੇਰ ਆਪਾਂ ਹੋਰ ਭੁੰਨ ਲਾਂਗੇ। ਲਓ ਜੀ, ਇਹਦੇ 'ਚੋਂ ਇੱਕ ਨਾ ਭੁੱਜਣ ਦੀ ਸਮੈਲ ਵੀ ਆ ਗਈ ਆ ਕਿ ਇਹ ਸਾਡਾ ਜਿਹੜਾ ਆ ਭੁੱਜ ਗਿਆ, ਰੋਸਟ ਹੋ ਗਿਆ। ਅਤੇ ਹੁਣ ਆਪਾਂ ਜਿਹੜਾ ਤੁਸੀਂ ਦੇਖ ਸਕਦੇ ਕਿੰਨੀ ਆਵਾਜ਼ ਆਉਂਦੀ ਪਈ ਇਹਦੇ 'ਚੋਂ। ਅਤੇ ਹੁਣ ਅਸੀਂ ਜਿਹੜਾ ਆ ਗੈਸ ਬੰਦ ਕਰ ਦਾਂਗੇ, ਇਹਨੂੰ ਥੋੜ੍ਹਾ ਜਿਹਾ ਠੰਡਾ ਕਰਕੇ, ਅਤੇ ਫਿਰ ਅਸੀਂ ਜਿਹੜਾ ਆ ਇਹਨੂੰ ਪੀਸ ਲਾਂਗੇ। ਲਓ ਜੀ, ਗੈਸ ਮੈਂ ਬੰਦ ਕਰਦੀ ਆ, ਪਰ ਫਿਰ ਵੀ ਜਿਹੜਾ ਇਹ ਹਜੇ ਤੱਕ ਤਿੜਕ ਤਿੜਕ ਕਰ ਰਿਹਾ ਆ। ਇਹਨੂੰ ਨਾਲ ਨਾਲ ਹਿਲਾਉਂਦੇ ਜਾਵਾਂਗੇ। ਅਸੀਂ ਜਿਹੜੇ ਦਾਣੇ ਆ ਬਾਹਰ ਆ ਰਹੇ ਆ, ਜਿੱਦਾਂ ਭੱਠੀ 'ਚ ਦਾਣੇ ਨਹੀਂ ਭੁੱਜਦੇ, ਬੁੜਕ ਬੁੜਕ ਕੇ ਦਾਣੇ ਬਾਹਰ ਆ ਰਹੇ ਆ। ਸੋ ਆਪਣਾ ਜਿਹੜਾ ਹੱਥ ਮੂੰਹ ਬਜਾ ਕੇ ਇਹਨੂੰ ਭੁੰਨੋ। ਲਓ ਜੀ, ਚਾਸਕੂ ਜਿਹੜਾ ਥੋੜ੍ਹਾ ਜਿਹਾ ਠੰਡਾ ਹੋ ਗਿਆ ਹੁਣ, ਅਤੇ ਹੁਣ ਅਸੀਂ ਇਹਨੂੰ ਪੀਸ ਲਾਂਗੇ। ਅਤੇ ਇੱਧਰ ਨਾਲ ਮੈਂ ਲੈ ਲਏ ਛੋਲੇ, 250 ਗ੍ਰਾਮ ਮੈਂ ਚਾਸਕੂ ਲਿਆ, ਅਤੇ ਅੱਧਾ ਕਿਲੋ ਮੈਂ 500 ਗ੍ਰਾਮ ਛੋਲੇ ਲਏ ਆ, ਕਿਉਂਕਿ ਫਿਰ ਜੇ ਆਪਾਂ ਬਰਾਬਰ ਹੀ ਲੈਂਦੇ ਹਾਂ ਤਾਂ ਫਿਰ ਕਾਫੀ ਕੌੜਾ ਹੋ ਜਾਂਦਾ ਆ, ਅਤੇ ਤਾਂ ਕਰਕੇ ਮੈਂ ਥੋੜ੍ਹਾ ਜਿਹੜਾ ਚਾਸਕੂ ਘੱਟ ਲਿਆ ਆ ਅਤੇ ਛੋਲੇ ਜ਼ਿਆਦਾ ਲਏ ਆ। ਅਤੇ ਲਓ ਜੀ, ਆਪਾਂ ਚਾਸਕੂ ਨੂੰ ਪੀਸ ਲਾਂਗੇ। ਜੇ ਤੁਸੀਂ ਕੌੜਾ ਖਾ ਸਕਦੇ ਜੇ ਜ਼ਿਆਦਾ, ਫਿਰ ਜਿਹੜੀਆਂ ਤੁਸੀਂ ਸਾਰੀਆਂ ਚੀਜ਼ਾਂ ਬਰਾਬਰ ਲਓ, ਘਿਓ ਵੀ ਉਨਾ ਹੀ ਲਓ ਜਿੰਨਾ ਤੁਸੀਂ ਚਾਸਕੂ ਲਿਆ ਆ, ਉਨੇ ਤੁਸੀਂ ਛੋਲੇ ਲੈ ਲਓ ਜਾਂ ਆਟਾ ਲੈ ਲਓ, ਉਨੀ ਖੰਡ ਪਾ ਲਓ। ਚਾਸਕੂ ਪੀਸ ਗਿਆ, ਇਹਨੂੰ ਚੰਗੀ ਤਰ੍ਹਾਂ ਪੀਸ ਲਓ, ਨਹੀਂ ਤਾਂ ਫਿਰ ਨਾ ਇਹ ਗਲ ਦੇ ਵਿੱਚ ਲੱਗਦਾ ਹੁੰਦਾ ਹੈ, ਜੇ ਪੀਸਿਆ ਰਹਿ ਜੇ ਵਿੱਚ ਕੋਈ ਮੋਟਾ ਤਾਂ ਉਹ ਗਲ 'ਚ ਹੀ ਚੰਬੜ ਜਾਂਦਾ ਹੁੰਦਾ।
लो जी आप ले लिए भुजे हुए छोले, यदि जगह तो तुम आटा लै सकते जे, मूंगी लै सकते जे, तो बेसन लै सकते। पर आ जो सौखा तरीका आ ये है कि घ्यो बहुत घट लगता है। लो जी मैं छोले भी पीस लिया तो चासकू भी पीस लिया, तो इधर लै ली मैं शक्कर, शक्कर की जगह तो तुम गुड़ भी लै सकते जे, तो खंड भी लै सकते जे। तो चलो इधर असी रख ली कढ़ाई, कढ़ाई के पावे असी देसी घ्यो। ये मैं एक छोटी कौली जी घ्यो की ली आ, मैं अगे भी शायद एक दो बारी बोलता वीडियो दे विच, वैसे तो जे तुसीं खा सकते जे घ्यो पचा सकते जे फिर तो तुसीं सारियां चीज़ां बराबर लो, अद्धा किलो घ्यो, अद्धा किलो चासकू, अद्धा किलो बेसन, तो अद्धा किलो ही खंड, फिर तो सारा कुछ बराबर आ जे तुहाडे कोल मेहनत मशक्कत वाला काम आ। जे वेले बह के खाना ही है तो फिर तो खाना भी है थोड़ा ही हुंदा है, बहुता ज़्यादा नहीं खाना, तुसीं दो तीन चम्मच खा सकते जे, दुध दे नाल लै लो जां चाह दे नाल लै लो, सवेरे लै लो शाम नूं लै लो जदों भी। तो ये है कि आपां थोड़ा जिहा, ये है कि घ्यो घट पा रहे हैं, तो बेसन भी मैं इहदे च थोड़ा वध लिया कि जिहड़े बच्चे भी खा लैण। लो जी घ्यो गर्म हो गया, हुण आपां इहदे च चासकू ऐड कर दांगे। पहलों जरा चासकू मिक्स करता घ्यो इनू पकाना नहीं, क्योंकि आप पहले ही जरा चासकू भुन लिया, इस करके जो तुम चासकू पहलों नहीं भुनते तो फिर पहलों पीसते, जो वैसे पहलों पीसता नहीं फिर सौखा, तो पहलों तो इन भुनना ही पैना है। तो जो तुम बाजारों यदा आटा लिया जो फिर तुम कर सकते जो कि पहलों भुन लो, तो इनू भुनने की लड़ नहीं, बस इन मिक्स ही करना। हूँ आप जरा जड़े छोले भुन के रखे से पीस के वो ऐड कर देंगे। छोले भी हो गए मिक्स, तो हूँ असी ये थोड़ा जहा नारियल का बूरा पा देंगे, ये ऑप्शनल आ, तुसी पौना पाओ नहीं तो इनू स्किप भी कर सकते जे, तो बाकी ड्राई फ्रूट जो तुसी पौना चाहते तो पा सकते जे, पर असी नहीं पा रहे क्योंकि गर्मी हो गई है, तो फिर गर्मी से जड़िया ड्राई फ्रूट जोड़े अवॉइड ही करने चाहिए। अज मैं गैस कर देंगे बंद, क्योंकि ये इन्नी एक सेक के नाल ही जोड़ा अपना फ्लेवर आ जाना है नारियल का, तो शक्कर हम मैं नाल पा देंगे, क्योंकि जो आप गैस चलती तो मतलब फ्ले पा दी आप शक्कर तो कई बार वो जो फिर चीड़िया जी बन जाए। चीनी बन जानी चीनी। लो जी हुण असीं कर दिंदे आं शक्कर ऐड। चलो सारा जिहड़ा मटीरियल मिक्स कर लो, ते ठंडा होण ते किसी कंटेनर भर के रख लो, ते दुध नाल जां चाह दे नाल जिहड़ी चीज़ तुहानूं पसंद होवे तुसीं खा सकदे, बच्चों भी दो, बच्चों वास्ते भी वधिया है ते बाकी भी जिहड़े खाण। तो खाई दी वैसे इन्ह दिन ही है जी, होलिया के दिन ही, तो इन्हों जरा बोल देंगे फुलकारे की बहार भी कह देंगे आ, कि इन्ह दिन ही जोड़े थोड़े ज़्यादा निकलते हैं फोड़े पिंजियाँ, तो ये ना फिर फोड़े पिंजियाँ का ही रौला पाती, तो यही गल आ। लो जी साडी चासकू दी पंजीरी बन के तैयार आ, जे रेसिपी चंगी लगी तो लाइक शेयर ते कमेंट जरूर करियो, चैनल ते पहली बार आए तो चैनल नूं सबसक्राइब जरूर करियो। बाकी ये जिहड़ी पंजीरी आ ये बस इन्हां दिनां च होलियां दे दिनां च लोग खांदे ने, ते बनायो जरूर। चलो जी मिलते हैं फिर नैक्सट डे नैक्सट वीडियो नाल।